ਚੀਜ਼ ਆਈ ਆ ਸਾਹਮਣੇ ਤੇ ਖੁਸ਼ ਵੀ ਦਿਲ ਵੀ ਖੁਸ਼ ਹੋਇਆ ਕਿ ਯਾਰ ਨਾ ਜ਼ਾਬੀ ਚੀਜ਼ਾਂ ਰੀਅਲ ਵੇਖੀਆਂ ਤੇ ਲਾਈਆਂ ਨੇ। ਪਲੇਟਫਾਰਮ ਇੰਜ ਆ ਜਿੰਨਾ ਆਪਣੇ 10 ਬੰਦੇ ਬਿਠਾ ਲਓ, ਠੀਕ ਆ। ਇਹ ਚੈੱਕ ਕਰੋ, ਵੀਡੀਓ ਚੈੱਕ ਕੀਤੀ ਵਾਹਦ ਭਾਈ ਨੇ ਬਣਾਇਆ ਸੀ ਸਾਹੀਵਾਲ ਤੋਂ। ਹਾਂਜੀ ਹਾਂਜੀ, ਇਹ ਚੈੱਕ ਕਰੋ ਲੈ, ਠੀਕ ਆ। ਇੱਥੇ 5 ਬੰਦੇ ਬਹਿ ਲਓ, ਇੱਥੇ 7 ਬੰਦੇ ਖਲੋ ਲਓ, ਐ ਲਓ ਟਰੈਕਟਰ ਹਿੱਲਦਾ ਹੈ। ਟਰਬੋ ਲਾ ਦਿੱਤੀ ਆ ਇਹਦੇ ਨਾਲ, ਸਮਝ ਲਓ 15-20 HP ਦੀ ਵੱਧ ਗਈ ਆ, 85 ਹੀ 15 ਲਾ ਕੇ 100 ਕਰ ਦਿੱਤਾ। ਅਸਲਾਮ ਵਾਲੇਕਮ ਦੋਸਤੋ, ਆਪਣਾ ਚੈਨਲ ਠੀਕ ਹੈ, ਯੂਟਿਊਬ ਚੈਨਲ 'ਚ ਖੁਸ਼ ਆਮਦੀਦ ਕਹਿੰਦੇ ਜੀ ਸਾਰੇ ਭਰਾਵਾਂ ਨੂੰ। ਅੱਜ ਮੌਜੂਦ ਹੈ ਜੀ ਲੱਕੀ ਟਰੈਕਟਰ ਸ਼ੋਰੂਮ, ਰਾਜ ਟਰੈਕਟਰ ਆਇਆ। ਮਾਸ਼ਾਅੱਲਾ ਜ਼ਿਮੀਂਦਾਰ ਆਏ ਨੇ, ਚੈੱਕ ਕਰਦੇ ਪਏ ਨੇ, ਭਾਜੀ ਹੁਣੀ ਸਾਡੇ ਨਾਲ ਮੌਜੂਦ ਨੇ, ਮਿਤੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਅਸਲਾਮ ਵਾਲੇਕਮ ਜੀ। ਜੀ ਵਾਲੇਕਮ ਸਲਾਮ ਜੀ। ਭਾਜੀ ਕੀ ਹਾਲ, ਠੀਕ ਠਾਕ ਹੋ? ਜੀ ਅੱਲਾ ਸ਼ੁਕਰ, ਠੀਕ ਠਾਕ। ਭਾਜੀ ਪਹਿਲਾਂ ਤਾਂ ਆਪਣਾ ਤਾਰਫ ਕਰਾਓ ਜੀ। ਮੇਰਾ ਨਾਮ ਮੁਹੰਮਦ ਜ਼ਬੈਰ ਆ, ਮੈਂ ਨਰਵਾਲ ਜ਼ਿਲ੍ਹੇ ਤੋਂ ਤਲਕ ਰੱਖਣਾ ਜੀ। ਜੀ, ਤੇ ਅੱਜ ਟਰੈਕਟਰ ਬਰਾਕ ਲਾਂਚ ਹੋਇਆ, ਇਹਦੀ ਚੈੱਕ ਕਰਨ ਵਾਸਤੇ ਲਾਹੌਰ ਪਹੁੰਚੇ ਹਾਂ। ਦੂਸਰੀ ਮੁਕਾਮੀ ਕੰਪਨੀਆਂ ਨਾਲੋਂ ਕਿਤੇ ਅੱਛਾ, ਠੀਕ ਆ। ਉਹਨਾਂ ਦੀ ਕੀਮਤਾਂ ਨਾਲੋਂ ਵੀ ਅੱਛਾ, ਬਕਾਇਆ ਸਮਾਨ ਦੇ ਲਿਹਾਜ਼ 'ਚ ਵੀ ਸਾਰਿਆਂ ਟਰੈਕਟਰ ਦਾ ਰੰਗ, ਖੂਬਸੂਰਤੀ, ਫਿਨਿਸ਼ਿੰਗ ਚੰਗੀ ਆ। ਕਿਹੜੀ ਚੀਜ਼ ਤੁਹਾਨੂੰ ਅੱਛੀ ਲੱਗੀ ਇਹਦੇ ਤੇ ਸਭ ਤੋਂ? ਜਿਹੜੀ ਬਕਾਇਆ ਟਰੈਕਟਰ ਮਾਸ਼ਾਅੱਲਾ ਸਾਰਾ ਹੀ ਸੋਹਣਾ, ਕੋਈ ਨਹੀਂ ਇਹਦੇ 'ਚ ਕੋਈ ਮਸਲਾ ਮਸਾਇਲ ਨਹੀਂ ਕਿ ਜਾਂ ਇਹਦਾ ਕੋਈ ਰੰਗ ਕਿਤੋਂ ਜਾਂ ਇਹਦੀ ਸੀਲ ਕੋਈ ਲੀਕ ਆਣ ਡਈ ਆ। ਇਹ ਫਰੰਟ ਤੇ ਜਾਲੀ ਮਾਸ਼ਾਅੱਲਾ ਡਿਜ਼ਾਈਨਿੰਗ ਲਗਾ ਛੜੀ ਆ, ਇਹ 골ਡ ਇਹਨਾਂ ਨੇ ਲਗਾਇਆ ਬਰਾਕ ਨਾਮ ਲਿਖ ਕੇ। ਹਾਂਜੀ, ਫਰੰਟ ਤੇ ਵੇਟ ਲਾ ਛੜੇ ਨੇ ਜਿਹੜੇ ਪਹਿਲਾਂ ਹੀ ਲਗਾਏ ਨੇ, ਬਾਅਦ 'ਚੋਂ ਕਿਸੇ ਮੇਰੇ ਕਿਸਾਨ ਭਰਾ ਨੂੰ ਲਵਾਉਣੇ ਨਹੀਂ ਪੈਣਗੇ, ਠੀਕ ਆ। ਰੰਗ ਜਿਹੜਾ ਇਹਨਾਂ ਬਲੈਕ ਕੀਤਾ ਚੇਸੀ ਦੇ, ਉਹ ਜ਼ਿਆਦਾ ਖੂਬਸੂਰਤ ਸ਼ਾਈਨ ਵਾਲਾ ਰੰਗ ਆ। ਟਾਇਰ ਵੱਡੇ 85 ਵਾਲੇ ਡਿਲੈਕਸ ਮਾਡਲ ਦੇ ਛੜੇ ਨੇ। ਹਾਂਜੀ, ਫਰੰਟ ਤੋਂ ਜਿਹੜੀ ਉਹ ਜਾਲੀ ਇਹਨਾਂ ਨੇ ਲਾ ਦੀ, ਆਪਣਾ ਟੈਂਕੀ ਉਤਾਰ ਕੇ ਪਿੱਛੇ ਕਰ ਦਿੱਤੀ ਆ, ਖਾਲੀ ਜਗ੍ਹਾ ਹੋ ਗਈ, ਠੀਕ ਆ। ਖਾਲੀ ਘੱਟ ਤੋਂ ਘੱਟ ਕੋਈ 1.5 ਫੁੱਟ ਦਾ ਇਹਦੇ ਵਿੱਚ ਫਰਕ ਪੈ ਗਿਆ, ਜਿਹੜੀ ਮੈਨੂੰ ਹਵਾ ਸਾਈਡਾਂ ਤੋਂ ਵੀ ਫਰੰਟ ਤੋਂ ਹੀ ਮਿਲੇਗੀ। ਫਰੰਟ ਤੇ ਜਾਲੀ ਲਾਈ ਸੀ ਮੈਸੀ ਨੇ, ਲੇਕਿਨ ਹਵਾ ਕੋਈ ਨਹੀਂ, ਸਿਰਫ ਹਵਾ ਜਾ ਰਹੀ ਸੀ ਇੱਥੋਂ ਅੱਧੇ ਫੁੱਟ ਤੋਂ, ਬਿਲਕੁਲ ਉਹ 'ਚ ਟਰੈਕਟਰ ਸਾਡਾ ਗਰਮ ਹੁੰਦਾ ਸੀ। ਇੱਕ ਸਾਡੇ ATS ਕੰਪਨੀ ਆਈ ਆ, ਉਹਨੇ 에ਅਰ ਕੂਲਰ ਵੱਖਰਾ ਲਾਇਆ, ਇੱਕ ਕੰਪਨੀ ਨੇ ਆਪ ਲਾਇਆ ਟੈਸਟ ਕਰਕੇ, ਜਿਸ ਤਰ੍ਹਾਂ ਦਾ ਵੀ ਲਾਇਆ ਆਪ ਲਾਇਆ, ਠੀਕ ਆ। ਫਿਲਟਰ ਵੱਡਾ ਕੀਤਾ ਆਪ ਲਾਇਆ, ਕਿਤੇ ਕਿਸੇ ਨੂੰ ਕਹਿ ਕੇ ਜਾਂ ਪੁੱਛ ਪਾ ਕੇ ਨਹੀਂ ਕੀਤਾ। ਬਕਾਇਆ ਮਾਸ਼ਾਅੱਲਾ ਟਰੈਕਟਰ ਸਾਰਾ ਸੋਹਣਾ, ਠੀਕ ਆ। ਇਹ ਇਹਦਾ ਪੈਪ ਆ, ਜਿਹੜਾ ਮੇਰੇ ਮਿਸਤਰੀ ਭਰਾ ਨਾ ਉਹ ਰੋਣ ਹੀ ਲੱਗ ਜਾਣਗੇ, ਇਹ ਲੱਗਾ ਨਿਕਲ ਸਕਦਾ। ਪਰਲੀ ਸਾਈਡ ਤੇ ਟਰਬੋ ਆ, ਇਸ ਸਾਈਡ ਤੇ ਆ ਪੈਪ, ਪੈਪ ਲੱਥੇਗਾ ਟਾਪਾ ਨਿਕਲੇਗਾ, ਜਦੋਂ ਟਾਇਟ ਹੋਣਗੇ ਇਸ ਟਾਪੇ ਪੈਪ ਨੂੰ ਫਿਰ ਕੱਸਣਾ, ਟਰੈਕਟਰ ਸਟਾਰਟ ਕਰਨਾ, ਫਿਰ ਟਾਪਾ ਲਾਣਾ, ਫਿਰ ਜਾ ਕੇ ਟਰੈਕਟਰ ਨੂੰ ਸਟਾਰਟ ਕਰਨਾ, ਇਹ ਪੈਪ ਮਸਲਾ ਕਰੇਗਾ। ਇਹਨੂੰ ਸਾਈਡ ਤੇ ਰੂਟ ਇਧਰੋਂ ਦੀ ਸਾਈਡ ਤੇ ਪੰਪ ਦੀ ਸਾਈਡ ਥਾਣੀ ਕਰਕੇ ਇੱਕ ਸਾਈਡ ਥਾਣੀ ਦੇ ਦੇਣ। ਦੇਖੋ ਜੀ, ਤੁਹਾਡਾ ਕੰਮ ਇਹਨਾਂ ਨੂੰ ਫੀਡਬੈਕ ਦੇਣਾ ਜੀ, ਇਨਸ਼ਾਅੱਲਾ ਜ਼ਿਮੀਦਾਰ ਆ, ਜ਼ਿਮੀਦਾਰ ਨੂੰ ਦੇਣਾ ਚਾਹੀਦਾ ਫੀਡਬੈਕ, ਨਵੀਂ ਕੰਪਨੀ ਆ। ਹਾਂਜੀ, ਠੀਕ ਆ। ਬਕਾਇਆ ਮਾਸ਼ਾਅੱਲਾ ਇਹਦੇ 'ਚ ਸਾਰਾ ਕੁਛ ਹੀ ਠੀਕ ਠਾਕ ਆ, ਰੰਗ ਸੋਹਣਾ। ਬਕਾਇਆ ਜਿਹੜਾ ਸਾਹਮਣਾ ਪੱਲਿਆਂ ਦਾ ਰੰਗ ਆ ਉਹ ਮਾਸ਼ਾਅੱਲਾ ਜ਼ਿਆਦਾ ਖੂਬਸੂਰਤ ਆ, ਕਿਉਂਕਿ ਔਰੇਂਜ ਤੇ ਲਾਲ ਨਹੀਂ ਆ, ਠੀਕ ਆ। ਨਾ ਹੀ ਔਰੇਂਜ ਆ ਨਾ ਲਾਲ ਹੀ ਆ, ਡਿਫਰੈਂਟ ਕਲਰ ਆ, ਕਲਰ ਵੀ ਆ ਵੀ
ਸੋਹਣਾ ਲੱਗਦਾ। ਬਕਾਇਆ ਫਾਰਮ ਦੱਸੋ ਯਾਰ, ਪਲੇਟਫਾਰਮ ਇੰਜ ਆ ਜਿੰਨਾ ਆਪਣੇ 10 ਬੰਦੇ ਬਿਠਾ ਲਓ। ਅੱਛਾ ਠੀਕ ਆ, ਇਹ ਚੈੱਕ ਕਰੋ, ਵੀਡੀਓ ਚੈੱਕ ਕੀਤੀ ਵਾਹਦ ਭਾਈ ਨੇ ਬਣਾਈ ਸਾਈਵਾਲ ਤੋਂ। ਹਾਂਜੀ ਹਾਂਜੀ, ਇਹ ਚੈੱਕ ਕਰੋ ਲੈ, ਠੀਕ ਆ। ਇੱਥੇ 5 ਬੰਦੇ ਬਹਿ ਲਓ, ਇੱਥੇ 7 ਬੰਦੇ ਖਲੋ ਲਓ, ਐ ਲਓ ਟਰੈਕਟਰ ਹਿੱਲਦਾ ਪਿਆ। ਇਹ ਵੀ ਹੈ ਵੀ ਟੌਰ ਘੜਦੀ ਚੀਜ਼, ਐ ਚੈੱਕ ਕਰੋ, ਵਾਹ ਲੈ, ਖੁੱਲਾ ਦਾ ਖੁੱਲਾ ਟਰੈਕਟਰ ਦਾ ਡੈਸ਼ਬੋਰਡ। ਇਹ ਹੁਣ ਸਪੇਸ ਚੈੱਕ ਕਰਾਓ ਕਿ ਇਹ ਕਿੰਨੀ ਹੈ। ਇੱਥੇ ਮੇਰੇ ਨਾਲ 2 ਬੰਦੇ, ਮੈਂ ਕੱਦੂ ਕਰਨ ਜਾਣਾ ਤੇ ਨਾਲ ਲਾਭ ਲਾ ਦੇ ਕੇ ਲੈ ਜਾਣਾ, ਠੀਕ ਹੈ। ਲਾਭ ਵੀ 10-20 ਮੂਈਆਂ ਲਾ ਦੇ ਕੇ ਲੈ ਜਾਗਾ, ਠੀਕ ਹੈ। ਬਕਾਇਆ ਮਾਸ਼ਾਅੱਲਾ ਟਰੈਕਟਰ ਨੂੰ ਸਾਰਾ ਸਮਾਨ, ਹਾਂਜੀ ਇੱਧਰ ਡੀਜ਼ਲ ਟੈਂਕ ਆ, ਬਕਾਇਆ ਕਨੋਪੀ ਲੱਗੀ ਆ, ਚੀਜ਼ ਮਾਸ਼ਾਅੱਲਾ ਸਾਰੀ ਸਾਫ਼ ਹੈ, ਕੋਈ ਇਹਦੇ 'ਚ ਡਾਊਟ ਨਹੀਂ ਹੈ ਕਿ ਯਾਰ ਡਾਊਟ ਹੋਏ ਇਹਦੇ 'ਚ। ਕੀਮਤ ਵੀ ਡਿਲੈਕਸ, ਸੀਟਾਂ ਵੀ ਇਹਨਾਂ ਵਧਾ ਦਿੱਤੀਆਂ, ਸੀਟ ਵੀ 1.5 ਫੁੱਟ ਦੀ ਸੀਟ ਆ, ਆਮ ਕੰਪਨੀ ਮੈਸੀ ਨੇ ਲਾਈ ਆ 1.5 ਫੁੱਟ ਦੀ, ਉਹ ਫਿਰ ਵੀ ਹਵਾ ਆਏਗੀ। ਇਹ 1.5 ਫੁੱਟ ਦੀ ਤੁਰ ਗਈ ਹੈ, ਹਵਾ ਨਹੀਂ ਆ ਸਕਦੀ ਕਿਸੇ ਤਰ੍ਹਾਂ ਦੀ, ਇਹ ਤਾਂ ਫੜ ਕੇ ਉੱਤੇ ਤਾਂ ਚਲੋ ਸਕੂਨ ਦੇ ਨਾਲ, ਕਿਸੇ ਤਰ੍ਹਾਂ ਵੀ ਇਹ 'ਚ ਮਸਲਾ ਨਹੀਂ ਆਏਗਾ, ਸਕੂਨ ਨਾਲ ਉਤਰੋ। ਮੈਸੀ ਦੇ ਕਈ ਵਾਰ ਕਲੈਚ ਦੇ ਨਾਲ ਅਸੀਂ ਅੜਨੇ ਆ, ਸਾਡੇ ਪਹੁੰਚੇ ਅੜਦੇ ਨੇ ਮੈਸੀ ਫਰਗੋਸਨ ਦੇ ਟਰੈਕਟਰ ਦੇ ਨਾਲ, ਠੀਕ ਆ, ਚੰਗੇ ਭਲੇ ਫਰੈਂਡ ਦੇ ਵੇਟ ਵੀ ਕੰਪਨੀ ਨੇ ਖੁਦ ਦਿੱਤੇ ਨੇ। ਇੱਧਰ ਇਹ ਟਰੈਕਟਰ ਆ ਗਿਆ ਮਾਸ਼ਾਅੱਲਾ 4x41 ਫੋਰ ਵੀਲ, ਰੰਗ ਚੇਂਜ ਆ ਗ੍ਰੀਨ, ਇਹ ਵੀ ਮਾਸ਼ਾਅੱਲਾ ਸੋਹਣਾ ਆ ਗਿਆ ਟਰੈਕਟਰ। ਇਹਦਾ ਵੀ ਪਲੇਟਫਾਰਮ ਸਹੀ ਸਾਫ, ਉਹੀ ਚੀਜ਼ ਆ ਜਿਹੜੀ ਇਹਦੇ 'ਚ, ਇਹਦੇ ਪਹਿਲਾਂ ਆਪਾਂ ਮੰਗਾਈਏ ਟਰਬੋ ਲਾਈ ਨਾਲੇ, ਇਹ ਟਰਬੋ ਲਾ ਦਿੱਤੀ ਆ, ਇਹਦੇ ਨਾਲ ਸਮਝ ਲਓ ਕੋਈ 15-20 HP ਦੀ ਵੱਧ ਗਈ ਆ, 85 ਹੀ 15 ਲਾ ਕੇ 100 ਕਰ ਦਿੱਤਾ, ਇਸੇ ਤਰ੍ਹਾਂ, ਠੀਕ ਆ। ਬਲਾਕ 'ਚੋਂ ਕਹਿ ਰਹੇ ਨੇ ਮੈਨੇਜਰ ਕਿ ਅਸੀਂ ਇਹਦੇ 'ਚ ਚੇਂਜਿੰਗ ਕੀਤੀ ਆ, ਕਹਿ ਰਹੇ ਨੇ 85 ਵਾਲਾ ਬਲਾਕ ਨਹੀਂ ਆਇਆ ਜੀ, ਚੇਂਜ ਕੀਤਾ ਸਾਰਾ, ਮੇਨ ਡਿਜ਼ਾਈਨ ਉਹੀ ਆ, ਲੇਕਿਨ ਅੰਦਰੋਂ ਅਸੀਂ ਇਹਨੂੰ ਚੇਂਜ ਕੀਤਾ। ਬਕਾਇਆ ਇਹ ਤੁਹਾਡੀ ਟੈਂਕੀ ਆ ਗਈ ਜੇ ਡੀਜ਼ਲ ਵਾਲੀ, ਇਹ ਢੱਕਣ ਲੱਗ ਗਿਆ ਜੇ, ਆਪਾਂ ਹੀ ਖੋਲੋ, ਆਪਾਂ ਹੀ ਮਿਲੋ ਇਹਨੂੰ, ਠੀਕ ਆ, ਕੋਈ ਖੁੱਲਣ ਮਿਲਣ ਵਾਲਾ ਕੰਮ ਨਹੀਂ। ਇੱਥੇ ਢੱਕਣ ਲੱਗੇ ਹੁੰਦੇ ਸੀ, ਚੂੜੀਆਂ ਸਲਿਪ ਹੁੰਦੀਆਂ, ਮੇਰੇ ਕੋਲ 20 ਮਾਡਲ ਟਰੈਕਟਰ ਆ, ਉਹਦਾ 18 ਦਾ ਵੀ ਸਲਿਪ ਹੋਏ ਹਨ, ਛਾਪਰ ਲਾ ਕੇ ਮੈਂ ਟੈਂਕੀ ਭਰਾ ਕੇ ਲੇਜ਼ਰ ਮਾਰਨਾ, ਠੀਕ ਆ। ਇਹਦਾ ਵਗਨ ਦਾ ਤੇਲ ਕੋਈ ਮਸਲਾ ਮਸਾਜ ਨਹੀਂ, ਇੱਧਰ ਪਲੇਟਫਾਰਮ ਹੋ ਗਿਆ ਖੁੱਲਾ, ਜਿਸ ਤਰ੍ਹਾਂ ਮਰਜ਼ੀ ਹੋ ਜਾਓ, ਇਹ ਬਲਾਕ ਇਹਦੇ ਹਿਸਾਬ ਨਾਲ ਇਹ ਚੀਜ਼ ਨਾਲ ਭਾਰੀ ਕਰ ਛੜੀਏ, ਜਿੱਥੇ ਮਰਜ਼ੀ ਵੱਟ ਨਾਲ ਆਓ, ਲੈਵਲ ਹੈ ਬਲਾਕ ਦੇ, ਦੇਖੋ ਨਾ ਲੈਵਲ ਆ, ਠੀਕ ਆ, ਕੋਈ ਇੰਨਾ ਨਹੀਂ ਆ, ਕੋਈ ਇੰਨਾ ਕੁ ਹਲਕਾ ਜਿਹਾ ਹੋਏਗਾ ਤੇ ਉਹ ਇੰਨਾ ਕੁ ਟਰੈਕਟਰ 'ਚ ਯੋਗ ਹੈ ਕਿ ਜਿਹੜਾ ਵੀਡੀਓ ਤੇ ਪਾਈ ਤੇ ਬੰਦੇ ਕਹਿ ਰਹੇ ਇਹਦੇ ਥੱਲੇ ਲੱਗ ਸਕਦੇ, ਬਾਕੀ ਜੀ ਬਲਾਕ ਦੇ ਲੈਵਲ ਤੇ ਜਾ ਰਿਹਾ ਜੀ, ਨਹੀਂ ਇਹ ਥੱਲੇ ਨਹੀਂ ਹੈ, ਨਹੀਂ ਲੱਗਦਾ ਹੁਣ ਟਾਇਰਾਂ ਦੇ ਵਿੱਚ ਆ ਰਿਹਾ, ਟਾਇਰ ਵੱਟ ਤੇ ਚੜ ਜਾਏ ਕਿਸ ਤਰ੍ਹਾਂ ਲੱਗ ਜਾਏਗਾ, ਹਾਂ ਗੁੱਡ ਹੋ ਗਿਆ। ਬਗਾ ਜਰਨਲ ਦੇ ਟਾਇਰ ਨੇ, ਵੇਟ ਇਹਨੂੰ ਲੱਗੇ ਨੇ, ਡਿਲਕਸ ਵਾਲਾ ਵੇਟ ਪਾ, ਠੀਕ ਆ, ਡਿਲਕਸ ਵਾਲੇ ਤਰ੍ਹਾਂ ਜੈਕ ਨਹੀਂ ਲਾਏ। ਮੈਂ ਇੱਕ ਵੀਡੀਓ ਭਾਈ ਦੀ ਵੇਖੀ ਆ, ਉਹ ਆਪਣਾ ਜ਼ਾਤੀ ਟਰੈਕਟਰ ਜੈਕ ਲੀਕ ਹੋਇਆ ਸੀ ਤੇ ਮਿਲਣ ਕੋ ਕਲੇਮ ਕਰਾ ਰਿਹਾ ਸੀ, ਹੋ ਗਏ ਨੇ, ਇਹਨਾਂ ਉਹ ਨਹੀਂ ਕੁਛ ਵੀ ਕੀਤਾ, ਚਲੋ ਇੱਕ ਮਜ਼ਬੂਤ ਕਰ ਛੜਿਆ, ਇੱਕ ਆ ਸੰਗਲੀਆਂ ਚੇਂਜ ਕਰ ਦੇਣ, ਇਹ ਸੰਗਲੀ ਮੈਂ ਇੱਕ ਸੱਟ ਕਰਾਨਾ ਹੱਲਾਂ ਦੀ, ਇਹ ਸੰਗਲੀ ਗਈ ਟੁੱਟ ਜਾਂਦੀ ਹੈ, ਇਹ 2 ਚੂੜੀਆਂ ਇਹਦੇ 'ਚ ਨੇ, 2 ਉਹਦੇ 'ਚ ਨੇ, ਹਾਂਜੀ, ਇਹ ਸਾਡੇ ਜ਼ਿਮੀਦਾਰ ਭਰਾ ਜਾਂਦੇ ਬਦਲ ਦਿੰਦੇ ਨੇ, ਬਦਲ ਦਿੰਦੇ, ਇੱਕ 2 ਬਟਨ ਲੰਘਾਣੀ ਆ ਨਾ, ਜਿੱਦਾਂ ਸੁੱਕੇ ਪੈਲੀਆਂ ਵੱਟਾਂ ਖਾ ਲਏ ਨੇ, ਇਹ ਗਈਆਂ, ਇਹ ਬਦਲਣ, ਮਜ਼ਬੂਤ ਵੀ ਹੈ ਨੇ ਮਾਰਕੀਟ 'ਚ ਸੰਗਲੀਆਂ, ਇਹੀ ਨਹੀਂ ਕਿ ਇਹੀ ਹਰ ਕੰਪਨੀ ਇਹੀ ਲਾਏ ਤੇ ਇਹੀ, ਨਹੀਂ ਜੀ ਇਨਸ਼ਾਅੱਲਾ ਕੰਪਨੀ ਗੱਲ ਸੁਣੇਗੀ, ਠੀਕ ਆ, ਇਹ ਚੀਜ਼ ਲਾ ਛੜੀ ਆ, ਹੁੱਕ ਨਾਲ ਨਹੀਂ ਦੇ ਰਹੇ, ਇਹ ਵੀ ਕੋਈ ਮਜ਼ਬੂਤੀ ਵਾਸਤੇ ਕੋਈ ਚੀਜ਼ ਲਾਈ ਆ ਕਿ ਚਲੋ ਕੋਈ ਟਾਪ ਲੈਂਗੇ ਥੱਲੇ ਡਿੱਗੇ ਇੱਥੇ ਨਾ ਵੱਜੇ ਸੰਗਲੀ ਤੇ ਨਾ ਵੱਜੇ, ਸੇਫਟੀ ਵਾਸਤੇ। ਬਕਾਇਆ ਮਾਸ਼ਾਅੱਲਾ ਟਰੈਕਟਰ ਸਾਰਾ ਹੀ ਸੋਹਣਾ, ਇਹਨੂੰ ਇਹ ਕਹਿ ਸਕਦੇ ਹਾਂ ਡਿਲੈਕਸ ਪ੍ਰੋ, ਡਿਲੈਕਸ ਪ੍ਰੋ ਸੁਪਰ, ਭਾਜੀ ਸੁਪਰ ਡਿਲੈਕਸ ਪ੍ਰੋ, ਸੁਪਰ ਦੇ ਛੜਿਆ ਉਹਨਾਂ ਨੇ, ਸੁਪਰ ਦੇ ਛੜਿਆ, ਠੀਕ ਆ, ਇਹ ਡਿਲੈਕਸ ਪ੍ਰੋ ਨਹੀਂ ਸੁਪਰ ਚ ਆ ਗਿਆ, ਕਿ ਉਹਦਾ ਤਗੜਾ ਹੀ ਆ, ਮਾੜਾ ਟਰੈਕਟਰ ਨਹੀਂ ਆ,
ਬਕਾਇਆ ਜਿਹੜੀ ਆ ਅਸੀਂ ਮਾੜਾ ਮੋਟਾ ਉਹ ਅਸੀਂ ਕਰ ਲਿਆ ਬਕਾਇਆ, ਕੰਪਨੀ ਨਵੀਂ ਆ ਚੇਂਜਿੰਗ ਕਰੇਗੀ ਅੱਲਾ ਖੈਰ ਕਰੇ। ਦੇਖੋ ਜੀ ਇਹਨਾਂ ਦੇ ਵਿੱਚ ਆਇਲ ਕੂਲਰ ਲਾਇਆ, ਟਰਬੋ ਲਾਈ, ਵੇਟ ਲਾਏ, ਵੇਟ ਲਾਏ, ਉਹਦੇ ਵਿੱਚ ਡਿਲਕਸ ਨਹੀਂ ਨਾ ਹੈ ਕੋਈ ਚੀਜ਼, 3,75,000 ਰੁਪਏ ਰੇਟ ਦਾ ਅਜ਼ਾਫੀ ਲਵਾਣੇ ਪੈਣੇ ਇਹਦਾ 36,45,000 ਰੁਪਇਆ। ਅੰਦਰ ਖੜੇ ਨੇ ਉਹ ਇਹਨਾਂ ਦੀ ਕੀਮਤਾਂ ਜੇ ਡਿਲੈਕਸ ਮਾਡਲ ਮੈਸੀ ਦੇ ਨਾਲ ਉਹ 1.5-2 ਲੱਖ ਰੁਪਏ ਦਾ ਫਰਕ ਆ। ਠੀਕ ਆ, ਫਰਕ ਇੱਕ ਉਹ ਨੀ, ਫਰਕ ਹੈ ਅਜ਼ਾਫੀ ਨਹੀਂ ਤੁਹਾਨੂੰ ਲਵਾਣੇ ਪੈਣਗੇ, ਅਜ਼ਾਫੀ ਨਹੀਂ ਕੂਲਰ ਲਵਾਉਣਾ ਪਏਗਾ, ਅਜ਼ਾਫੀ ਵੇਟ ਨਹੀਂ ਲਵਾਉਣੇ ਪੈਣਗੇ। ਵੈਰੀ ਗੁੱਡ। ਛੱਤ ਜਿਹੜੀ ਆ ਉਹਦੇ ਨਾਲ ਉਹ ਕਿਤੇ ਚਲੋ ਠੀਕ ਆ ਜਾਂ ਉਹਦੇ ਮੁਤਾਬਕ ਹੀ ਆ ਦੇ ਰਹੇ ਨੇ ਨਾਲ, ਲੇਕਿਨ ਜਿਹੜੀ ਮੇਨ ਚੀਜ਼ ਆ ਨਾ ਉਹ ਹੈ ਵੇਟ, ਪਿੱਛੇ ਵੇਟ ਤੇ ਪਲੇਟਫਾਰਮ ਖੁੱਲਾ। ਇਹ ਨਹੀਂ ਖੁੱਲਾ ਗੱਲ ਮੇਨ, 85 ਵਾਲਾ 4x4 ਦਾ ਪਲੇਟਫਾਰਮ ਇੱਕ ਸਾਈਡ ਤੇ ਦੇ ਦੋ ਤੇ ਪਰਲੇ ਪਾਸੇ 85.5 ਦਾ ਦੇ ਦੋ। ਆ 2 ਲੱਖ ਦਾ ਇਕੱਲਾ ਪਲੇਟਫਾਰਮ ਹੈ, ਠੀਕ ਹੈ 2 ਲੱਖ ਦਾ। ਤੇ ਜਿਹੜਾ ਵਾ ਇੱਕ ਢੱਕਣ ਚੇਂਜ ਕਰ ਦੇਣ, ਮੈਂ ਵੀ ਖੋਲ ਲਿਆ ਤੇ ਬੱਚਿਆਂ ਵੀ ਖੋਲ ਲੈਣਾ, ਇਹ ਵੀ ਥੋੜੀ ਜਿਹੀ ਚੇਂਜ ਹੋਣਾ ਚਾਹੀਦਾ, ਇਹ ਵੀ ਚੇਂਜ ਕਰ ਦੇਣ, ਚੂੜੀ ਵਾਲਾ ਸਿਸਟਮ। ਚਲਾ ਕੇ ਦੇਣਾ ਜਿਦਾਂ ਡਿਲੈਕਸ ਚਲਾ ਕੇ ਦਿੱਤਾ ਸੀ, ਮੈਂ ਕਹਿ ਰਿਹਾ ਵੀ ਮੂਈਆਂ ਤੁਸੀਂ ਲਾਇਓ ਆਪਣਾ। ਇਹ ਭਾਜੀ ਹੁਣ ਦੱਸੋ ਕਿੰਨੇ ਨੰਬਰ ਦਿੰਦੇ ਇਹਨੂੰ 10 ਦੇ ਵਿੱਚੋਂ? ਇਹ ਭਾਜੀ 10 ਚ 10 ਨੰਬਰ ਆ ਜੀ ਆ। ਅੱਛਾ ਜੀ, ਕੀਮਤ ਦੇ ਹਿਸਾਬ ਨਾਲ ਵੀ, ਸਮਾਨ ਦੇ ਹਿਸਾਬ ਨਾਲ ਵੀ।